ਏਕ ਤੂੰ ਤਾਂ ਸਭ ਕਿਛ ਹੈ, ਏਕ ਸਭ ਕਿਛ ਹੈ, ਏਕ ਤੋਂ ਸਭ ਕਿਛ ਹੈ, ਏਕ ਤੋਂ ਤਾਂ ਸਭ ਕਿਛ ਹੈ, ਮੈਂ ਤੁਧ ਬਿਨ ਦੂਜਾ ਸਭ ਕਿਛ ਹੈ, ਏਕ ਤੂੰ ਤਾਂ ਸਭ ਕਿਛ ਹੈ, ਏਕ ਤੂੰ ਸਭ ਕਿਛ ਹੈ, ਗੁਰੂ ਨਾਨਕ ਜੀ ਆਪਣੇ ਵਾਹਿਗੁਰੂ ਜੀ ਅੱਗੇ ਜੋਦੜੀਆਂ ਕਰੀਏ, ਸੱਚੇ ਪਾਤਸ਼ਾਹ ਮੇਰੇ ਸਤਿਗੁਰ ਜੀ, ਜੋ ਅੱਜ ਤੁਸੀਂ ਪੜ੍ਹਾਈ ਮੈਨੂੰ ਪੜ੍ਹਾ ਰਹੇ ਹੋ, ਉਹ ਪੜ੍ਹਾਈ ਮੈਂ ਹਿਰਦੇ ਦੇ ਤਲ ਤੋਂ ਪੜ੍ਹਾ। ਆਖੋ ਸਤਨਾਮ, ਹਿਰਦੇ ਦੇ ਤਲ ਬੋਟਮ ਆਫ ਹਾਰਟ ਤੋਂ ਮੈਂ ਇਹ ਸਤਿਗੁਰੂ ਜੀ ਤੁਹਾਡਾ ਦਿੱਤਾ ਹੋਇਆ ਲੈਸਨ ਮੈਂ ਯਾਦ ਕਰਾਂ। ਇਹ ਮੇਰੇ ਗੁਰੂ ਨਾਨਕ ਸਾਹਿਬ, ਮੈਂ ਇਹਨਾਂ ਪੰਕਤੀਆਂ ਤੇ ਪਹਿਰਾ ਦਿਆਂ, ਇਹ ਪੰਕਤੀਆਂ ਮੇਰੇ ਜੀਵਨ ਦਾ ਆਧਾਰ ਬਣਨ, ਆਧਾਰ ਬਣਨ। ਕਿੱਡਾ ਵਿਸ਼ਵਾਸ ਹੈ ਜੀ ਇਹਨਾਂ ਪੰਕਤੀਆਂ 'ਚ, ਕਿੰਨੀ ਦ੍ਰਿੜਤਾ ਹੈ ਜੀ, ਕਿੰਨਾ ਭਰੋਸਾ ਹੈ ਇਹਨਾਂ ਪੰਕਤੀਆਂ ਦੇ ਵਿੱਚ। ਕਹਿੰਦੇ ਏਕ ਤੂੰ ਤਾਂ ਸਭ ਕੁਛ, ਇੱਕ ਤੂੰ ਮੇਰੇ ਵੱਲ ਹੈ, ਇੱਕ ਤੂੰ ਕੋਲ ਹੈ ਨਾ ਮੇਰੇ ਕੋਲ, ਕਹਿੰਦੇ ਸਭ ਕੁਝ ਮੇਰੇ ਵੱਲ, ਮੈਂ ਸਭ ਕੁਝ ਪਾ ਲਿਆ, ਇੱਕ ਤੂੰ ਤਾਂ ਸਭ ਕੁਛ, ਸਭ ਕੁਛ ਹੈ, ਇੱਕ ਤੂੰ ਵੱਲ ਨਹੀਂ ਤੇ ਪੱਲੇ ਕੱਖ ਨਹੀਂ। ਆਖੋ ਸਤਨਾਮ, ਇਹ ਗੁਰੂ ਨਾਨਕ ਸਾਹਿਬ ਮਹਾਰਾਜ, ਇੱਕ ਤੁਸੀਂ ਵੱਲ ਨਹੀਂ ਕੱਖ ਮੇਰੇ ਪੱਲੇ ਨਹੀਂ। ਅੱਜ ਇਹ ਪੜ੍ਹਾਈ ਸਾਨੂੰ ਪੜ੍ਹਾ ਰਹੇ ਨੇ ਸਤਿਗੁਰੂ ਜੀ, ਕਹਿੰਦੇ ਤੇਰਾ ਸੰਸਾਰ, ਤੇਰਾ ਸੰਸਾਰ ਤੇਰੇ ਗੁਰੂ ਦੇ ਇਰਦ ਗਿਰਦ ਹੋਵੇ। ਆਖੋ ਸਤਨਾਮ, ਬੜੇ ਧਿਆਨ ਨਾਲ ਸੁਣਿਓ ਜੀ, ਕਹਿੰਦੇ ਉਹ ਸਿੱਖਾ ਤੇਰਾ ਸੰਸਾਰ ਤੇਰੇ ਗੁਰੂ ਦੇ ਇਰਦ ਗਿਰਦ ਹੋਵੇ, ਤੇਰੀ ਹਰ ਖੁਸ਼ੀ ਤੇਰੇ ਗੁਰੂ ਦੇ ਇਰਦ ਗਿਰਦ, ਤੇਰਾ ਹਰ ਕੰਮ, ਤੇਰਾ ਦੁੱਖ, ਤੇਰਾ ਸੁੱਖ
ਗੁਰੂ ਦੇ ਇਰਦ ਗਿਰਦ ਮੇਰਾ ਦੁੱਖ ਸੁੱਖ ਤੁਝੀ ਇਹਨਾਂ ਅੱਖੀਆਂ ਨੂੰ ਹੋਰ ਕੋਈ ਜ਼ਰੀ ਨਾ ਆਏ ਜਿਹੜਾ ਵਰਤ ਵਰਤਾ ਇਸਤਰੀ ਹੁੰਦੀ ਹੈ ਨਾ ਪਤੀ ਵਰਤਾ ਕਹਿ ਲੈ ਜਿਹੜੀ ਪਤੀ ਵਰਤਾ ਇਸਤਰੀ ਹੈ ਸੁਹਾਗਣ ਇਸਤਰੀ ਹੈ ਉਹਦਾ ਸਾਰਾ ਸੰਸਾਰ ਆਪਣੇ ਆਦਮੀ ਦੇ ਇਰਦ ਗਿਰਦ ਬਸ ਆਪਣੇ ਆਦਮੀ ਦੇ ਇਰਦ ਗਿਰਦ ਆਪਣੇ ਪੁਰਖ ਦੇ ਇਰਦ ਗਿਰਦ ਆਪਣੇ ਖਸਮ ਦੇ ਇਰਦ ਗਿਰਦ ਉਸ ਤੋਂ ਪਰੇ ਉਹਨੂੰ ਕੋਈ ਲੈਣਾ ਦੇਣਾ ਨਹੀਂ ਆਪਣੇ ਖਸਮ ਤੋਂ ਇਲਾਵਾ ਕੋਈ ਸੋਚ ਨਹੀਂ ਉਹ ਸਿੱਧਾ ਕਹਿੰਦੀ ਹੈ ਤੂੰ ਹੈ ਤੇ ਮੇਰਾ ਸੰਸਾਰ ਹੈ ਤੂੰ ਹੈ ਤੇ ਮੇਰੀ ਦੁਨੀਆ ਹੈ ਜੇ ਤੂੰ ਨਹੀਂ ਤੇ ਪੱਲੇ ਕੱਖ ਨਹੀਂ ਆਖੋ ਸਤਨਾਮ ਜਿਹੜੀ ਗੁਰਮੁਖ ਸੁਹਾਗਣਾ ਨੇ ਜਿਹੜੀਆਂ ਗੁਰਮੁਖ ਰੰਗ ਰਤਨੀਆਂ ਸੁਹਾਗਣਾ ਨੇ ਉਹ ਵੀ ਡੰਕੇ ਦੀ ਚੋਟ ਚ ਪ੍ਰੇਮ ਚ ਕਹਿ ਦਿੰਦੀਆਂ ਨੇ ਹੇ ਮੇਰੇ ਵਾਹਿਗੁਰੂ ਹੇ ਮੇਰੇ ਗੁਰੂ ਨਾਨਕ ਸਾਹਿਬ ਹੇ ਮੇਰੇ ਬਾਜਾਂ ਵਾਲੇ ਮਾਹੀ ਹੇ ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਮੇਰਾ ਸੰਸਾਰ ਵੀ ਤੁਹਾਡੇ ਚੋਂ ਗਿਰਦੇ ਤੁਹਾਡੇ ਚੋਂ ਗਿਰਦੇ ਤੁਹਾਡੇ ਤੋਂ ਪਰੇ ਮੇਰੇ ਲਈ ਕੱਖ ਨਹੀਂ ਮੈਂ ਤੁਧ ਬਿਨ ਦੂਜਾ ਨਹੀਂ ਮੈਂ ਤੁਧ ਬਿਨ ਦੂਜਾ ਨਹੀਂ ਤੁਹਾਡੇ ਤੋਂ ਬਿਨਾਂ ਦੂਜਾ ਤੀਜਾ ਮੇਰਾ ਕਾਹਦਾ ਤੁਸੀਂ ਹੋ ਸਭ ਕੁਝ ਹੈ ਤੁਸੀਂ ਨਹੀਂ ਕੁਛ ਕੁਛ ਤੁਹਾਡੀ ਯਾਦ ਨਹੀਂ ਤੁਹਾਡੀ ਬੰਦਗੀ ਨਹੀਂ ਤੁਹਾਡੀ ਇਬਾਦਤ ਨਹੀਂ ਤੇ ਪੱਲੇ ਕੱਖ ਨਹੀਂ ਆ ਕੋ ਸਤਨਾ ਇੱਕ ਤੂੰ ਤਾਂ ਸਭ ਕੁਝ ਇਹ ਪੰਕਤੀ ਨੂੰ ਆਪਾਂ ਇੱਦਾਂ ਵੀ ਲੈ ਲੈਂਦੇ ਇੱਕ ਤੇ ਵਿਸ਼ਵਾਸ ਇੱਕ ਤੇ ਅਕੀਦਾ ਰੱਖ ਕੇ ਆਪਣਾ ਜੀਵਨ ਬਸਰ ਕਰੀਏ ਇੱਕ ਤੇ ਵਿਸ਼ਵਾਸ ਰੱਖ ਕੇ ਆਪਣਾ ਅਕੀਦਾ ਰੱਖ ਕੇ ਜੀਵਨ ਬਸਰ ਕਰੀਏ ਉਹ ਇੱਕ ਕੌਣ ਨੇ ਉਹ ਇੱਕ ਨੇ ਧੰਨ ਗੁਰੂ ਨਾਨਕ ਆਖੋ ਸਤਨਾਮ ਉਹ ਇੱਕ ਨੇ ਧੰਨ ਗੁਰੂ ਨਾਨਕ ਹਾਂ ਉਹ ਗੱਲ ਵੱਖਰੀ ਜਿਹੜੀ ਮਰਜ਼ੀ ਜੋਤ ਤੇ ਸਾਧ ਸੰਗਤ ਜੀ ਤੁਹਾਡਾ ਮਨ ਠਹਿਰਦਾ ਹੈ ਤੁਹਾਡਾ ਮਨ ਮੰਨਦਾ ਹੈ ਉਹ ਤੁਹਾਡੀ ਇੱਛਾ ਭਾਵੇਂ ਅੱਠਵੇਂ ਗੁਰੂ ਨਾਨਕ ਤੇ ਤੁਹਾਡਾ ਅਕੀਦਾ ਭਾਵੇਂ ਨੌਵੇਂ ਗੁਰੂ ਨਾਨਕ ਤੇ ਤੁਹਾਡਾ ਅਕੀਦਾ ਭਾਵੇਂ ਦਸਵੇਂ ਗੁਰੂ ਨਾਨਕ ਤੇ ਤੁਹਾਡਾ ਅਕੀਦਾ ਭਾਵੇਂ ਚੌਥੇ ਗੁਰੂ ਨਾਨਕ ਤੇ ਤੁਹਾਡਾ ਅਕੀਦਾ ਭਾਵੇਂ ਸੱਤਵੇਂ ਗੁਰੂ ਨਾਨਕ ਤੇ ਤੁਹਾਡਾ ਅਕੀਦਾ ਭਾਵੇਂ ਪਹਿਲੀ ਜੋਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਉਹਦੇ ਤੇ ਅਕੀਦਾ ਜੋਤ ਉਹ ਜੁਗਤ ਸਾਏ ਸਹਿਕਾਇਆ ਫਿਰ ਪਲਟੀ ਕਾਇਆ ਹੀ ਪਲਟੀ ਹੈ ਜੋਤ ਆਪਾਂ ਕਹਿੰਦੇ ਦੂਜੇ ਗੁਰੂ ਨਾਨਕ ਤੀਜੇ ਗੁਰੂ ਨਾਨਕ ਚੌਥੇ ਗੁਰੂ ਨਾਨਕ ਪੰਜਵੇਂ ਗੁਰੂ ਨਾਨਕ ਛੇਵੇਂ ਗੁਰੂ ਨਾਨਕ ਇੱਕ ਵਿਸ਼ਵਾਸ ਬੰਨਿਆ ਹੋਵੇ ਇੱਕ ਗੁਰੂ ਦੀ ਸੋਚ ਤੋਂ ਪਰੇ ਸਾਸਕ ਹੋਰ ਕੋਈ ਸੋਚ ਨਾ ਕੋਈ ਮੈਨੂੰ ਭਟਕਾ ਨਾ ਸਕੇ ਕੋਈ ਮੈਨੂੰ ਡੁਲਾ ਨਾ ਸਕੇ ਕੋਈ ਮੈਨੂੰ ਥੜਕਾ ਨਾ ਸਕੇ ਇੰਨਾ ਅਕੀਦਾ ਹੋਵੇ ਆਪਣੇ ਸਤਿਗੁਰ ਜੀ ਦੇ
ਕਈ ਵਾਰੀ ਸਤਸੰਗ ਬੰਦੇ ਨੂੰ ਇੰਨਾ ਡਰਾ ਦਿੱਤਾ ਜਾਂਦਾ ਹੈ। ਆ ਦੋ ਚੀਜ਼ਾਂ ਮੈਂ ਕਹਿਣ ਲੱਗਾ ਜੀ, ਬੰਦੇ ਨੂੰ ਇੰਨਾ ਡਰਾ ਦਿੱਤਾ ਜਾਂਦਾ ਹੈ ਕਿ ਬੰਦਾ ਆਪਣੇ ਅਕੀਦੇ ਤੋਂ ਹੀ ਥੜਕ ਜਾਂਦਾ ਹੈ, ਬੰਦੇ ਨੂੰ ਇੰਨਾ ਭਰਮਾ ਦਿੱਤਾ ਜਾਂਦਾ ਹੈ ਕਿ ਬੰਦਾ ਆਪਣੇ ਅਕੀਦੇ ਤੋਂ ਹੀ ਹਿੱਲ ਜਾਂਦਾ। ਯਕੀਨ ਜਾਣੇ ਜਿਹਦੀ ਯਾਰੀ ਸੱਚ ਦੇ ਨਾਲ ਹੈ, ਜਿਹਦੀ ਯਾਰੀ ਵੱਡੇ ਦੇ ਨਾਲ ਹੈ, ਨਾ ਉਹਨੂੰ ਡਰਨ ਦੀ ਲੋੜ ਹੈ, ਨਾ ਉਹਨੂੰ ਭਰਮਣ ਦੀ ਲੋੜ ਹੈ, ਭਟਕਣ ਦੀ ਲੋੜ ਹੈ। ਸਤਨਾਮ। ਗੁਰੂ ਨਾਨਕ ਸਾਹਿਬ ਨੇ ਸਾਰੀ ਜ਼ਿੰਦਗੀ ਸੱਚ ਦੇ ਨਾਲ ਜੋੜਿਆ, ਕਰਮ ਕਾਂਡਾਂ ਤੋਂ ਮੋੜਿਆ, ਪਖੰਡਾਂ ਤੋਂ ਮੋੜਿਆ। ਅੱਜ ਫਿਰ ਗੁਰੂ ਕਾ ਸਿੱਖ ਡਰ ਦੇ ਮਾਰੇ ਪਖੰਡਾਂ ਦੇ ਵਿੱਚ ਪਿਆ ਹੋਵੇ ਤੇ ਉੱਪਰੋਂ ਕਹਿੰਦਾ ਵੀ ਏਕ ਤੂੰ ਤਾਂ ਸਭ ਕੁਛ। ਬਾਬੇ ਨਾਨਕ ਨੇ ਕਹਿਣਾ ਜਿਹੜੇ ਚਾਰ ਖਸਮ ਕੀਤੇ ਹੋਏ ਨੇ ਪਹਿਲੇ ਉਹਨੂੰ ਰਿਝਾ ਲਿਆ। ਸਿੱਧੀ ਜੀ ਗੱਲ ਮੈਂ ਬੋਲ ਰਿਹਾ, ਜਿਹੜਾ ਵਾਸ਼ਨੂ ਦਾ ਖਸਮ ਚੱਕ ਕੇ ਬੈਠਾ ਹੋਇਆ, ਜਿਹੜਾ ਹੋਰ ਖਸਮ ਚੱਕ ਕੇ ਬੈਠਾ ਹੋਇਆ, ਪਹਿਲੇ ਉਹਨੂੰ ਰਿਝਾ ਲਿਆ ਮੇਰੇ ਵਾਲੇ ਪਾਸੇ ਤਾਂ ਹੀ ਬਾਅਦ ਚ। ਕਈ ਵਾਰੀ ਸਾਧ ਸੰਗਤ ਕੋਈ ਤੁਹਾਨੂੰ ਏਦਾਂ ਕਹਿ ਦਿੰਦਾ ਜੀ ਆਹ ਤਾਂ ਵਾਸ਼ਨੂ ਦਾ ਦੋਸ਼ ਤੁਹਾਡੇ ਇਹਦੇ ਚ, ਇਹ ਤਾਂ ਤੁਹਾਨੂੰ ਬਹੁਤ ਭੋਗਣਾ ਪਏਗਾ, ਬੜਾ ਏਦਾਂ ਜੀ ਬੜਾ ਉਦਾਂ ਜੀ ਭੇੜਾ ਘਰ ਕਰਕੇ ਰੱਖ ਦਿੰਦਾ ਬੰਦਾ, ਇਹ ਤਾਂ ਜੀ ਤੁਹਾਡੇ ਤੇ ਇਹ ਕਰਮ ਦੋਸ਼ ਹੈ, ਇਹਦੇ ਤੇ ਤੁਹਾਡੇ ਸ਼ਨੀ ਦੋਸ਼ ਹੈ ਜੀ, ਇਹਦੇ ਤੇ ਮੰਗਲ ਦੋਸ਼ ਹੈ ਜੀ। ਪਰ ਉਹ ਹੱਟ ਪਾਸੇ ਹੋ ਜਿੱਥੇ ਮੇਰੇ ਗੁਰੂ ਨਾਨਕ ਦਾ ਨਾਮ ਆ ਗਿਆ ਸਾਰੇ ਦੋਸ਼ ਕਲੰਕ ਮਿਟ ਜਾਂਦੇ ਨੇ। ਆਖੋ ਸਤਨਾਮ। ਸਾਰੇ ਮਿਟ ਜਾਂਦੇ ਹੱਟ ਪਾਸੇ। ਕੌਣ ਕੋ ਕਲੰਕ ਰਿਹਾ? ਮੈਂ ਕਹਿ ਰਿਹਾ, ਮੇਰੇ ਸਾਹਿਬ ਕਹਿ ਰਹੇ, ਕੌਣ ਕੋ ਕਲੰਕ ਰਿਹਾ? ਰਾਮ ਨਾਮ ਲੇਤੇ ਪਤਿਤ ਪਵਿੱਤ ਭੈ ਰਾਮ ਕਹਿਤੇ। ਵਾਸ਼ਨੂ ਵੱਡਾ ਕਿ ਮੇਰਾ ਗੁਰੂ ਨਾਨਕ ਵੱਡਾ? ਪਖੰਡ ਵੱਡੇ ਸਤਸੰਗ ਜੀ ਕਿ ਮੇਰਾ ਗੁਰੂ ਨਾਨਕ ਵੱਡਾ? ਯਕੀਨ ਜਾਣਨਾ, ਜਦੋਂ ਸਾਹਿਬ ਦੇ ਭਰੋਸੇ ਤੇ ਕੋਈ ਡਟ ਗਿਆ ਫਿਰ ਲਾਜ ਗੁਰੂ ਰੱਖਦਾ, ਲਾਜ ਗੁਰੂ ਰੱਖਦਾ। ਮੇਰੇ ਅੱਗੇ ਉਹ ਗੁਰਮੁਖ ਪਿਆਰਾ ਆ ਰਿਹਾ। ਆ ਪਿੱਛੇ ਹੀ ਹੁਣ ਸਤਸੰਗ ਹੱਡ ਬੀਤੀ ਲੱਗੀ ਸੀ ਕਾਦੀਆਂ ਪਿੰਡ, ਕਾਦੀਆਂ ਪਿੰਡ ਦਾ ਉਹ ਬੱਚਾ ਸਤਸੰਗ, ਮੈਂ ਹੈਰਾਨ ਉਹਦੀ ਦ੍ਰਿੜਤਾ ਦਾ, ਵਿਸ਼ਵਾਸ। ਕਈ ਵਾਰੀ ਛੋਟੇ ਬੱਚੇ ਸਿਖਾ ਜਾਂਦੇ ਨੇ, ਮਾਤਰ 16 ਸਾਲ ਦਾ ਬੱਚਾ, ਉਦੋਂ ਦੀ ਗੱਲ ਜਦੋਂ ਦੀ ਇਹ ਸਾਥੀ ਸਾਥ ਸਾਥ, ਹੁਣ ਤਾਂ ਮੇਰਾ ਖਿਆਲ ਉਮਰ ਵੱਡੀ ਹੋ ਗਈ ਹੋਣੀ, ਕਾਫੀ ਸਾਲ ਲੰਘ ਗਏ ਇਸ ਗੱਲ। ਉਸ ਵੇਲੇ ਮਾਤਰ 16 ਸਾਲ ਦਾ ਬੱਚਾ, ਪਰੇਸ਼ਾਨੀਆਂ ਬਹੁਤ ਆਈਆਂ, ਤਿੰਨ ਚਾਰ ਐਸੀਆਂ ਪਰੇਸ਼ਾਨੀਆਂ ਜਿਹੜੀਆਂ ਕਹਿਣ ਸੁਣਨ ਤੋਂ ਬਾਅਦ, ਜਦੋਂ ਸੰਪਰਕ ਹੋਇਆ ਤੇ ਸੋਧੇ ਸਿਰ ਦਾਸ ਨੇ ਕਿਹਾ, ਮੈਂ ਕਿਹਾ ਭਾਈ ਸਰਬ ਰੋਗ ਦਾ ਔਖਤ ਨਾ, ਮਲਟੀਪਲ ਡਿਜ਼ੀਜ਼ ਤੈਨੂੰ ਹੋਣ ਤੇ ਡਾਕਟਰ ਤੈਨੂੰ ਆਹ ਵੀ ਦਵਾਈ ਦੇਗਾ, ਆਹ ਵੀ ਦੇਗਾ, ਆਹ ਵੀ ਦੇਗਾ, ਆਹ ਵੀ ਦੇਗਾ, ਆਹ ਵੀ ਦੇਗਾ,
ਤੇ ਸਾਹਿਬ ਅੰਦਰਲੇ ਮਲਟੀਪਲ ਡਿਜ਼ੀਜ਼ ਹੋਣ ਦਵਾਈ ਇੱਕੋ ਹੀ ਦਿੰਦੇ ਨੇ, ਪਰਮੇਸ਼ਰ ਦਾ ਨਾਮ ਆਖੋ ਸਤਨਾਮ। ਮੈਂ ਕਿਹਾ ਤੇਰੀ ਇਹ ਵੀ ਪ੍ਰੋਬਲਮ ਹੈ, ਆਹ ਵੀ ਪ੍ਰੋਬਲਮ ਹੈ, ਆਹ ਵੀ ਪ੍ਰੋਬਲਮ ਹੈ, ਆਹ ਵੀ ਪ੍ਰੋਬਲਮ ਹੈ, ਇਹ ਸਾਰੇ ਪ੍ਰੋਬਲਮ ਦੀ ਦਵਾਈ ਇੱਕੋ ਹੀ ਹੈ, ਪਰਮੇਸ਼ਰ ਦਾ ਨਾਮ। ਅੰਮ੍ਰਿਤ ਵੇਲੇ ਉੱਠ, ਬੰਦਗੀ ਕਰ। ਹੁਣ ਸਤਸੰਗ ਸਭ ਤੋਂ ਵੱਡਾ ਰੋੜਾ ਉਹਦੇ ਵਿੱਚ ਇਹ ਸੀ ਕਿ ਉਹਦੇ ਘਰ ਇੱਕ ਪੀਰਾਂ ਦੀ ਕਬਰ ਸੀ। ਆਖੋ ਸਤਸੰਗ, ਪੀਰਾਂ ਦੀ ਜਗ੍ਹਾ ਸੀ। ਪੰਜਾਬ ਦੇ ਵਿੱਚ ਇਸ ਚੀਜ਼ ਦਾ ਬੜਾ ਬੋਲਬਾਲ ਹੈ। ਉਹਨੇ ਜਦੋਂ ਗੱਲ ਕੀਤੀ ਮੇਰੇ ਨਾਲ, ਮੈਂ ਕਿਹਾ ਕੀ ਚਾਹੁੰਦਾ? ਕਹਿੰਦੇ ਜੀ ਮੇਰਾ ਤਾਂ ਵਿਸ਼ਵਾਸ ਨਹੀਂ। ਮੈਂ ਚੱਕ ਫਿਰ ਚੱਕ ਫਿਰ ਪਰ ਅਰਦਾਸ ਕਰਕੇ ਚੱਕ, ਭਾਵੇਂ ਉਹ ਪੀਰ ਕੋਈ ਹੈ, ਭਗਤੀ ਵਾਲਾ ਹੋਏ, ਜੇ ਭਗਤੀ ਵਾਲਾ ਹੋਇਆ, ਬੰਦਗੀ ਵਾਲਾ ਹੋਇਆ, ਫਿਰ ਕੰਮ ਹੋਰ ਪਾਸੇ ਨਾ ਤੁਰੇ। ਅਰਦਾਸ ਕਰੀ, ਇੱਕ ਜੁਗਤੀ ਦਿੱਤੀ, ਅਰਦਾਸ ਕਰਕੇ ਜਿਹੜੇ ਵੀ ਪੀਰ, ਕਹਿੰਦੇ ਮੈਨੂੰ ਨਹੀਂ ਪਤਾ ਵੀ ਤੁਹਾਡੇ ਅੱਗੇ ਅਰਜੋਈ ਹੈ, ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ, ਗੁਰੂ ਨਾਨਕ ਦੇ ਅਸੀਂ ਸਿੱਖ, ਤੇ ਪੀਰ ਜੀ ਜਿੱਥੇ ਤੁਹਾਡੀ ਜਗ੍ਹਾ ਹੋਰ ਬਣਦੀ ਬਣਾ ਲਈ, ਇੱਥੋਂ ਆਪ ਜੀ ਦਾ ਆਸਣ ਚੱਕਣ ਲੱਗੇ। ਆਖੋ ਸਤਨਾਮ, ਸਤਿਕਾਰ ਨਾਲ ਤੁਹਾਡਾ ਆਸਣ ਚੱਕਣ ਲੱਗੇ। ਉਹ ਬੱਚੇ ਨੇ ਸਾਸਰ ਪਾਤਾ ਹੱਥ ਹੱਥ ਪਾਤਾ, ਉਹ ਅਰਦਾਸ ਕਰਕੇ ਬੜੇ ਪ੍ਰੇਮ ਦੇ ਨਾਲ ਉਹਦੀ ਜਗ੍ਹਾ ਸਾਸਰ ਢਾ ਕੇ, ਜਿਵੇਂ ਕਿਵੇਂ ਵੀ ਉਹ ਪੀਰਾਂ ਦੀ ਜਗ੍ਹਾ। ਬੜਿਆਂ ਨੇ ਡਰਾਇਆ, ਹੁਣ ਦੇਖ ਤੇਰਾ ਸਰਵਨਾਸ਼ ਹੋਏਗਾ, ਹੁਣ ਦੇਖ ਕੀ ਹੋਏਗਾ, ਹੁਣ ਦੇਖ ਆ ਹੋਏਗਾ, ਹੁਣ ਦੇਖ ਹੋਏਗਾ। ਹੁਣ ਅੱਗੇ ਕਹਿੰਦੇ ਵੀਰ ਜੀ ਬਹੁਤ ਜ਼ਿਆਦਾ ਡਰਾ ਰਹੇ ਸੀ। ਮੈਂ ਕਿਹਾ ਮੈਂ ਅੰਮ੍ਰਿਤ ਵੇਲੇ ਗੁਰੂ ਨਾਨਕ ਨੂੰ ਕਹਿ, ਇੱਕ ਤੂੰ ਤਾਂ ਸਭ ਕੁਛ, ਇੱਕ ਤੂੰ ਵੱਲ ਹੈ, ਮੈਨੂੰ ਕਿਸੇ ਦੀ ਪਰਵਾਹ ਨਹੀਂ, ਮੇਰਾ ਖਸਮ ਮੇਰੇ ਨਾਲ ਹੈ। ਇੱਕ ਪਤੀ ਵਰਤਾ ਇਸਤਰੀ ਦਾ ਖਸਮ ਨਾਲ ਹੈ, ਉਹਨੂੰ ਤਾਂ ਡਰ, ਔਰ ਖਸਮ ਵੀ ਹੋਵੇ ਤਗੜਾ ਰੁਤਬੇ ਵਾਲਾ ਡਾਡਾ ਦਮਦਾਰ, ਖਸਮ ਵੀ ਐਸਾ ਹੋਵੇ, ਉਹ ਨਾਰ ਨੂੰ ਕਦਾ ਡਰ, ਕਦਾ ਡਰ। ਉਹ ਜਿਹਦਾ ਸਾਹਿਬ ਡਾਡਾ ਹੈ, ਡਾਡਾ ਤੋਂ ਭਾਵ ਵੱਡਾ ਜੀ ਲੜਾਕਾ ਨਹੀਂ, ਜਿਸਦਾ ਸਾਹਿਬ ਡਾਡਾ ਹੋਵੇ ਤਿਸ ਨੂੰ ਮਾਰ ਨਾ ਸਕੇ। ਕੌਣ ਮਾਰੇ? ਇਹ ਜੇ ਮੈਂ ਆਪਣੇ ਕੋਲੋਂ ਬੋਲਦਾ ਹੁੰਦਾ ਫਿਰ ਭਾਵੇਂ ਯਕੀਨ ਕਰੋ ਨਾ, ਇਹ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਨੇ। ਆਖੋ ਸਤਨਾਮ। ਉਹਨੇ ਸਾਧ ਸੰਗਤ ਜੋ ਅੰਮ੍ਰਿਤ ਵੇਲੇ ਬਹਿ ਕੇ ਗੁਰੂ ਨਾਨਕ ਦੀ ਇਬਾਦਤ ਕੀਤੀ, ਬੰਦਗੀ ਕੀਤੀ, ਮਤਲਬ ਜਿਹੜਾ ਕੰਮ ਉਹਨੇ ਕੀਤਾ ਪੀਰਾਂ ਵਾਲਾ ਉਹਨੂੰ ਤਾਂ ਛੱਡੋ, ਉਹ ਪੀਰ ਜੀ ਨੇ ਤਾਂ ਕੀ ਕੰਮ ਕਰਨਾ ਸੀ, ਕੀ ਉਹਨੇ ਤੰਗ ਕਰਨਾ ਸੀ, ਜਿਹੜੇ ਪ੍ਰੋਬਲਮਸ ਦੇ ਵਿੱਚ ਉਹ ਘਿਰਿਆ ਪਿਆ ਸੀ, ਕਹਿੰਦੇ ਪੀਰ ਜੀ ਨੂੰ ਛੱਡੋ, ਜਿਹੜੇ ਪ੍ਰੋਬਲਮ ਉਹ ਪ੍ਰੋਬਲਮ ਵੀ ਇੱਕ ਇੱਕ ਕਰਕੇ ਦੂਰ ਹੁੰਦੀਆਂ ਗਈਆਂ। ਆਖੋ ਸਾਧਨਾ, ਇੱਕ ਕਰਕੇ ਦੂਰ ਹੁੰਦੀਆਂ ਗਈਆਂ। ਔਰ ਐਸੀ ਪ੍ਰੋਬਲਮ ਸੀ ਕਿ ਅਗਰ ਤੁਸੀਂ ਸੁਣੋਗੇ ਦਿਮਾਗ ਹਿੱਲ ਜਾਏਗਾ, ਤੁਹਾਡਾ ਦਿਮਾਗ ਹਿੱਲ ਜਾਏਗਾ। ਇਹ ਸਾਧ ਸੰਗਤ ਐਸੀ ਤਕੜੀਆਂ, ਬੰਦਾ ਸੋਚ ਵਿੱਚ ਬੰਦਾ ਸੋਚੇਗਾ ਕਿਵੇਂ ਨਿਕਲ ਸਕਦਾ ਇਸ ਪ੍ਰੋਬਲਮ ਤੋਂ, ਆਹ ਪ੍ਰੋਬਲਮ ਤੋਂ ਕਿਵੇਂ ਨਿਕਲ ਜਾਏ, ਅੱਗੋਂ ਜਿਹੜੀ ਪ੍ਰੋਬਲਮ ਉਹਦੀ ਪਿਓ ਉਹ ਨਿਕਲੇਗਾ, ਅੱਗੋਂ ਜਿਹੜੀ ਉਹਦੀ ਪ੍ਰੋਬਲਮ ਉਸ ਤੋਂ ਪਿਓ।
ਪਰ ਸੱਚ ਕਹਿੰਦੇ ਆ ਸਭ ਤੋਂ ਵੱਡਾ ਪਿਓ ਮੇਰਾ ਧੰਨ ਗੁਰੂ ਨਾਨਕ ਆਖੋ ਸਾਹਿਬ ਸਨਾ ਸਭ ਤੋਂ ਵੱਡਾ ਸਭ ਤੋਂ ਵੱਡਾ ਪਿਓ ਮੇਰਾ ਧੰਨ ਗੁਰੂ ਨਾਨਕ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਜਿਨ ਕਲਯੁਗ ਦੇ ਵਿੱਚ ਮੇਰੀ ਪੱਤ ਢੱਕਣੀ ਹੈ ਮੇਰੀ ਲਾਜ ਰੱਖਣੀ ਹੈ ਮੈਨੂੰ ਹਰ ਡਰ ਤੋਂ ਹਰ ਭਰਮ ਤੋਂ ਹਰ ਭੁਲੇਖੇ ਤੋਂ ਹਰ ਪਖੰਡ ਤੋਂ ਮੈਨੂੰ ਰੱਖਣਾ ਹੈ ਮੇਰੇ ਸਾਹਿਬ ਨੇ ਆਖੋ ਸਾਥ ਇਸ ਲਈ ਆ ਜਿਹੜੀ ਪੜ੍ਹਾਈ ਅੱਜ ਪੜ੍ਹਾਈ ਜਾ ਰਹੀ ਅੱਜ ਜਿਹੜੀ ਪੜ੍ਹਾਈ ਪੜ੍ਹਾਈ ਜਾ ਰਹੀ ਹੈ ਸਤਿਗੁਰ ਜੀ ਵੱਲੋਂ ਬਹੁਤ ਲੋੜ ਹੈ ਜੀ ਬਹੁਤ ਇੱਕ ਬੰਦਾ ਜਿਹਨੂੰ ਮਾੜੀ ਮੋਟੀ ਜੋਤਿਸ਼ ਵਿਦਿਆ ਆਉਂਦੀ ਹੋਵੇ ਇੱਕ ਅੱਧਾ ਬੋਲ ਉਹਦਾ ਸੱਚ ਹੋ ਗਿਆ ਹੋਵੇ ਔਰ ਤੁਹਾਨੂੰ ਪਤਾ ਇਹਦੇ ਬੋਲ ਸੱਚ ਹੋ ਜਾਂਦੇ ਨੇ ਉਹ ਆ ਕੇ ਤੁਹਾਨੂੰ ਬੋਲ ਦੇਵੇ ਹੱਥ ਦੇ ਕੇ ਓਏ ਹੋਏ ਆਹ ਤਾਂ ਬੜਾ ਪੰਗਾ ਪੈ ਜਾਏਗਾ ਆਹ ਤਾਂ ਇੱਦਾਂ ਹੋ ਜੂਗਾ ਇੰਜ ਕਰਨਾ ਪਏਗਾ ਤੁਹਾਨੂੰ ਆਹ ਉਪਾਅ ਕਰੋ ਆਹ ਉਪਾਅ ਕਰੋ ਆਹ ਉਪਾਅ ਕਰੋ ਹੁਣ ਸਾਧ ਸੰਗਤ ਜੇ ਉਹਦਾ ਉਪਾਅ ਗੁਰਮਤ ਦੇ ਅਨੁਸਾਰ ਹੈ ਮੰਨ ਲਓ ਕਹਿੰਦਾ ਭੁੱਖੇ ਨੂੰ ਪ੍ਰਸ਼ਾਦਾ ਛਕਾ ਦਿਓ ਚਲੋ ਇਹ ਤਾਂ ਗੱਲ ਮੰਨਦੀ ਹੈ ਠੀਕ ਹੈ ਜੇ ਉਹ ਕਹਿੰਦਾ ਕਿਸੇ ਲੋੜਵੰਦ ਦੀ ਮਦਦ ਕਰ ਦਿਓ ਉਹ ਵੀ ਠੀਕ ਹੈ ਤੇ ਜੇ ਉਹ ਡਰਾ ਕੇ ਬੰਦੇ ਨੂੰ ਕਵੇ ਜੀ ਲਿਆ ਮੈਂ ਦਕਸ਼ਣਾ ਦੇ ਮੈਂ ਆਹ ਕਰਾਂਗਾ ਇੰਜ ਕਰਾਂਗਾ ਉਂਜ ਕਰਾਂਗਾ ਫਿਰ ਨਹੀਂ ਫਿਰ ਉਹਨੂੰ ਕਹਿਣਾ ਹੈ ਕਿ ਜਿਹੜਾ ਮੇਰਾ ਕਰਮ ਦੋਸ਼ ਹੈ ਜਿਹਦੇ ਲੜ ਮੈਂ ਲੱਗਿਆ ਨਾ ਗੁਰੂ ਨਾਨਕ ਦੇ ਆਪੇ ਉਹ ਸਮਝੇਗਾ ਕਸਾ ਸੁਣਾ ਆਪੇ ਸਮਝ ਔਰ ਇੱਕ ਬੇਨਤੀ ਮੈਂ ਹੋਰ ਕਰਦੀ ਹਾਂ ਥਾਂ ਥਾਂ ਤੇ ਹੱਥ ਨਾ ਦਿਖਾਇਆ ਗਿਆ ਇਹ ਅੱਗੇ ਵੀ ਮੈਂ ਇੱਕ ਗੱਲ ਸਾਂਝੀ ਕੀਤੀ ਸੀ ਅੱਗੇ ਔਰ ਸਿਮਰਨ ਸਾਧਨਾ ਜੀ ਕੀਤੀ ਸੀ ਕਦੇ ਭੁੱਲ ਕੇ ਵੀ ਆਪਣਾ ਹੱਥ ਨਾ ਕਿਸੇ ਨੂੰ ਦਿਖਾਇਆ ਕਦੇ ਆਪਣਾ ਹੱਥ ਕਿਸੇ ਦੇ ਹੱਥ 'ਚ ਨਾ ਦੇਣਾ ਜੇ ਆਪਣਾ ਹੱਥ ਗੁਰੂ ਨਾਨਕ ਦੇ ਹੱਥ 'ਚ ਦਿੱਤਾ ਤੇ ਉੱਥੋਂ ਹਟਾ ਕੇ ਕਿਸੇ ਦੇ ਹੱਥ 'ਚ ਨਾ ਦੇਣਾ ਮੈਂ ਦੱਸੀ ਸੀ ਨਾ ਇੰਸੀਡੈਂਟ ਇੱਕ ਵਾਕਿਆ ਕੁਦਰਤੀ ਕਿਤੇ ਆਪਾਂ ਸਾਧ ਸੰਗਤ ਗਏ ਤੇ ਇਕੱਠੇ ਸਾਂ ਦੂਰ ਨਾ ਕੋਈ ਜੋਤਸ਼ੀ ਬੈਠਾ ਸੀ ਵਿਦਿਆ ਹੋਏਗੀ ਉਹਦੀ ਤਗੜੀ ਵਿਦਿਆ ਉਹ ਦੇਖਦਾ ਗਿਆ ਅਸੀਂ ਤਾਂ ਦੂਸਰੇ ਪਾਸੇ ਕਿਤੇ ਬੈਠੇ ਸੀਗੇ ਤੇ ਮੈਂ ਜਿਹੜੀ ਗੱਲ ਕਰ ਰਿਹਾ ਸੀ ਆਪਣੇ ਹਿਸਾਬ ਦੇ ਨਾਲ ਤੇ ਮੇਰਾ ਹੱਥ ਇੱਦਾਂ ਉੱਠਿਆ ਹੋਣਾ ਕਿਵੇਂ ਇੱਦਾਂ ਕਿਵੇਂ ਉਹਨੇ ਦੂਰੋਂ ਮੇਰਾ ਹੱਥ ਵੇਖ ਲਿਆ ਸਾਂ ਉਹ ਜੋਸ਼ੀ ਆਪਣੇ ਕਲਾਇੰਟ ਛੱਡ ਕੇ ਮੇਰੇ ਕੋਲ ਆ ਮੈਨੂੰ ਕਹਿਣ ਲੱਗਾ ਕਹਿੰਦੇ ਮੈਂ ਤੁਹਾਡਾ ਹੱਥ ਵੇਖਣਾ ਚਾਹੁੰਦਾ ਬਾਬਾ ਜੀ ਕਰਕੇ ਮੈਨੂੰ ਕਹਿਣ ਲੱਗਾ ਕਹਿੰਦੇ ਬਾਬਾ ਜੀ ਮੈਂ ਆਪਣਾ ਹੱਥ ਦੇਖਣਾ ਚਾਹੁੰਦਾ ਵੈਸੇ ਮੈਂ ਬੇਨਤੀ ਲਾਇਆ ਕਰਦਾ ਮੈਨੂੰ ਵੀਰ ਜੀ ਕਹੋ ਮੈਨੂੰ ਜ਼ਿਆਦਾ ਚੰਗਾ ਲੱਗੇ ਬੜੀ ਖੁਸ਼ੀ ਹੋਈ ਭਾਈ ਸਭ ਕੋ ਬੜੀ ਖੁਸ਼ੀ ਹੋਈ ਬਾਬਾ ਨੇ ਜਦੋਂ ਮਹਾਰਾਜ ਨੇ ਬਾਬਾ ਬਣਾਇਆ ਤਾਂ ਉਹਨੂੰ ਦੇਖ ਲਾਂਗੇ ਪਰ ਮੈਨੂੰ ਵੀਰ ਜੀ ਕਹੋ ਛੋਟਾ ਵੱਡਾ ਬਜ਼ੁਰਗ ਜਿੱਦਾਂ ਮਰਜ਼ੀ ਸਾਸ ਵੀਰ ਜੀ ਦੇ ਵਿੱਚ ਆਪਣਾ ਤਾਂ ਹੈ ਆਖੋ ਸਾਸ ਨਾ ਚਲੋ ਉਹਨੇ ਆਪਣੇ ਹਿਸਾਬ ਦੇ ਨਾਲ ਗੱਲ ਕੀਤੀ ਕਹਿੰਦੇ ਆਪ ਦਾ ਹੱਥ ਦੇਖਿਆ ਦਿਖਾਏ ਮੈਂ ਕਿਉਂ ਕਹਿੰਦੇ ਜੀ ਮਾਇਆ ਨਹੀਂ ਲਊਂਗਾ ਫ੍ਰੀ ਦਾ ਹੱਥ ਕਹਿੰਦਾ ਬਾਕੀ ਸਾਰਿਆਂ ਤੋਂ ਮਾਇਆ ਲਊ ਕਹਿੰਦਾ ਮਾਇਆ ਨਹੀਂ ਲੈਣੀ ਫ੍ਰੀ ਮੈਂ ਕਿਹਾ ਮੈਂ ਫ੍ਰੀ ਦਾ ਵੀ ਕਿਉਂ ਦੇਖਾਂ ਕਹਿੰਦੇ ਜੀ ਮੈਂ ਦੂਰੋਂ ਤੁਹਾਡਾ ਹੱਥ ਵੇਖਿਆ ਮੈਂ ਵੇਖਣਾ ਚਾਹੁੰਦਾ ਤੁਹਾਡਾ ਹੱਥ ਮੈਂ ਕਿਹਾ ਜੀ ਨਹੀਂ ਵਿਖਾਣਾ ਕਿਉਂ
ਤੁਸੀਂ ਕਿਉਂ ਨਹੀਂ ਵਿਖਾਣਾ? ਮੈਂ ਕਿਹਾ ਯਾਰ ਜਦੋਂ ਮੈਂ ਆਪਣਾ ਹੱਥ ਆਪਣੇ ਗੁਰੂ ਨਾਨਕ ਬਾਜਾਂ ਵਾਲੇ ਮਾਹੀ ਨੂੰ ਦਿੱਤਾ, ਹੁਣ ਉਹਨੂੰ ਕੀ ਕਵਾਂ? ਮਾੜਾ ਜਿਹਾ ਮਹਾਰਾਜ ਹੱਥ ਛੱਡਿਓ, ਮੈਂ ਜੋਸ਼ੀ ਨੂੰ ਦਿਖਾਣਾ? ਜਦੋਂ ਮੈਂ ਹੱਥ ਹੀ ਆਪਣਾ ਗੁਰੂ ਨਾਨਕ ਨੂੰ ਦੇ ਦਿੱਤਾ, ਮੇਰਾ ਹੱਥ ਇਸ ਵੇਲੇ ਗੁਰੂ ਨਾਨਕ ਦੇ ਹੱਥ 'ਚ ਹੈ, ਉਹ ਮੈਂ ਕਿਹਾ ਤੂੰ ਕੀ ਦੱਸੇਂਗਾ, ਤੂੰ ਕੀ ਦੱਸੇਂਗਾ? ਜੇ ਕੋਈ ਮਾੜਾ ਮੋਟਾ ਹੋਏਗਾ ਵੀ ਦੋਸ਼ ਨਾ, ਮੇਰੇ ਗੁਰੂ ਨਾਨਕ ਨੇ ਆਪੇ ਹੀ ਮੇਟ ਦੇਣਾ, ਆਖੋ ਸਾਹਿਬ ਦਾ ਨਾਮ ਆਪੇ ਮੇਟ ਦੇਣਾ। ਜਿਹਦੇ ਹੱਥ 'ਚ ਮੇਰਾ ਹੱਥ ਹੈ, ਗੁਰੂ ਨਾਨਕ ਦੇ ਹੱਥ 'ਚ ਮੇਰਾ ਹੱਥ ਹੈ, ਤੇ ਗੁਰੂ ਨਾਨਕ ਨੇ ਫਿਰ ਸਾਧ ਸੰਗਤ ਕਿਤੇ ਭਟਕਣ ਦੇਣ? ਗੁਰੂ ਨਾਨਕ ਨੇ ਹਰ ਥਾਂ ਤੇ ਰਾਖੀ ਕਰਨੀ, ਉਹ ਤਰਲੇ ਕਰਦਾ ਰਹਿ ਗਿਆ, ਨਹੀਂ ਤਾਂ ਬੰਦਾ ਕਹੀ ਦੋ ਚੱਲ ਕੋਈ ਨੀ ਵੇਖ ਲੈ। ਹੁਣ ਸਾਧ ਸੰਗਤ ਹੁੰਦਾ ਕੀ? ਇਹਦੇ ਵਿੱਚ ਪੰਜ ਸੱਤ ਚੀਜ਼ਾਂ ਹੁੰਦੀਆਂ ਜੋ ਸਿਮਿਲਰ ਹੁੰਦੀਆਂ। ਚਲੋ ਮੈਂ ਮੰਨਦਾ ਵਾਂ ਇਹ ਵਿਦਿਆ ਹੈ, ਕਈਆਂ ਦੀ ਵਿਦਿਆ ਬਹੁਤ ਸਟਰੋਂਗ ਹੁੰਦੀ ਹੈ, ਪਰ ਜ਼ਿਆਦਾਤਰ ਪਖੰਡੀ ਬੈਠੀ ਹੁੰਦੀ। ਤੁਹਾਡੇ ਜੀਵਨ ਦੇ ਵਿੱਚ ਬਹੁਤ ਸੰਘਰਸ਼ ਹੈ, ਤੁਹਾਡੇ ਜੀਵਨ ਦੇ ਵਿੱਚ ਬਹੁਤ ਸੰਘਰਸ਼। ਕਿਹੜੇ ਜੀਵਨ 'ਚ ਸੰਘਰਸ਼ ਨਹੀਂ ਹੈ ਦੱਸੋ? ਕਿਹੜੇ ਜੀਵਨ 'ਚ ਸੰਘਰਸ਼? ਮੈਂ ਤੁਹਾਨੂੰ ਤਿੰਨ ਚਾਰ ਚੀਜ਼ਾਂ ਬੋਲਣ ਲੱਗਾ, ਚਲੋ ਮੈਂ ਹੀ ਜੋਸ਼ੀ ਬਣ ਗਿਆ। ਹੁਣ ਦੱਸੋ, ਮੈਂ ਤੁਹਾਨੂੰ ਤਿੰਨ ਚਾਰ ਚੀਜ਼ਾਂ ਮੈਂ ਤੁਹਾਨੂੰ ਦੱਸਦਾ, ਸਾਰਿਆਂ ਦੇ ਨਾਲ ਫਿੱਟ ਬੈਠੇਗੀ, ਸਾਰਿਆਂ ਦੇ ਨਾਲ ਫਿੱਟ ਬੈਠੇਗੀ। ਹਰ ਬੰਦਾ ਆਪਣੇ ਆਪਣੇ ਤੇ ਅਪਲਾਈ ਕਰ ਲਵੇ, ਫਿੱਟ ਨਾ ਬੈਠੇ ਤਾਂ ਗੱਲ ਕਰੇ। ਮੈਂ ਤੁਹਾਨੂੰ ਕਹਿੰਦਾ ਵੀ ਤੁਹਾਡੇ ਜੀਵਨ 'ਚ ਸੰਘਰਸ਼ ਹੈ, ਦੱਸੋ ਕਿਹੜੇ ਕਿਹੜੇ ਜੀਵਨ 'ਚ ਸੰਘਰਸ਼ ਨਹੀਂ? ਸਾਰਿਆਂ ਦੇ ਜੀਵਨ 'ਚ ਸੰਘਰਸ਼। ਤੁਹਾਡੇ ਨੇੜੇ ਤੇੜੇ ਕੋਈ ਇਰਦ ਗਿਰਦ ਐਸਾ ਹੈ ਜੋ ਤੁਹਾਡਾ ਭਲਾ ਨਹੀਂ ਚਾਹੁੰਦਾ? ਸਾਰਿਆਂ ਦੇ ਨੇੜੇ ਤੇੜੇ ਕੋਈ ਐਸਾ ਸਰੀਰ ਹੁੰਦਾ ਹੀ ਹੈ, ਭਾਵੇਂ ਉਹ ਮਿੱਤਰਤਾਈ ਦੇ ਵਿੱਚ, ਭਾਵੇਂ ਰਿਸ਼ਤੇਦਾਰੀ ਦੇ ਵਿੱਚ, ਉਹ ਤੁਹਾਡਾ ਭਲਾ ਚਾਹੁੰਦਾ ਹੀ ਨਹੀਂ। ਸਿਮਿਲਰ ਤਿੰਨ ਚਾਰ ਪੰਜ ਚੀਜ਼ਾਂ ਨੇ, ਤੁਹਾਨੂੰ ਪਿੱਛੇ ਬਹੁਤ ਘਾਟਾ ਪਿਆ। ਹੁਣ ਪਿੱਛੇ ਤੁਸੀਂ ਭਾਵੇਂ ਪਿੱਛੇ ਦੋ ਸਾਲ, ਚਾਰ ਸਾਲ, ਛੇ ਸਾਲ, ਦਸ ਸਾਲ ਲੈ ਜਾਓ, ਘਾਟਾ ਕਿਸੇ ਨਾ ਕਿਸੇ ਨੂੰ ਪਿਆ ਹੀ ਹੁੰਦਾ। ਤੁਹਾਡਾ ਬਹੁਤ ਵੱਡਾ ਨੁਕਸਾਨ ਹੋਇਆ, ਹਰ ਇੱਕ ਦਾ ਨੁਕਸਾਨ ਹੋਇਆ। ਐਵੇਂ ਸਾਧ ਸੰਗਤ ਭਟਕਾਉਂਦੇ ਫਿਰਦੇ। ਅੱਛਾ, ਫਿਰ ਜੇ ਉਹਨਾਂ ਨੇ ਕਿਤੇ ਮਾੜੀ ਜੀ ਕੋਈ ਗੱਲ ਉਲਟ ਊਟ ਪਟਾਂਗ ਦੀ, ਤੁਹਾਡੇ ਤੇ ਤਾਂ ਬਹੁਤ ਮਾੜਾ ਸਮਾਂ ਆਉਣ ਲੱਗਾ, ਏਦਾਂ ਉਹ ਬੰਦਾ ਵਿਚਾਰਾ ਖੰਭਿਆ ਹੀ ਰਹਿੰਦਾ, ਡਰਿਆ ਹੀ ਰਹਿੰਦਾ ਹੈ। ਉਹ ਸਾਰੇ ਖੇੜੇ ਜਿਹੜੇ ਹੁੰਦੇ ਨੇ, ਖੇੜੇ ਖਾੜੇ ਉਲ ਗਏ ਹੁੰਦੇ, ਵਿਚਾਰਾ ਘੁੰਮਣ ਲਈ ਗਿਆ, ਆਪਣੀ ਛੁੱਟੀਆਂ ਮਨਾਉਣ ਲਈ ਗਿਆ, ਉਧਰੋਂ ਪੰਡਿਤ ਜੀ ਨੂੰ ਦਿਖਾ ਕੇ, ਉਹ ਜੋਸ਼ੀ ਜੀ ਨੂੰ ਦਿਖਾ ਕੇ ਹੋਰ ਪਰੇਸ਼ਾਨ ਹੋ ਕੇ ਬਹਿ ਗਿਆ। ਗਿਆ ਸੀ ਇੰਜੋਏ ਕਰਨ ਵਾਸਤੇ, ਤੇ ਹੁਣ ਬੈਠਾ ਉਹ ਸਿਰ ਫੜ ਕੇ ਕਿ ਯਾਰ ਆ ਕੀ ਬਣ ਗਿਆ ਮੇਰੇ ਨਾਲ। ਅੱਛਾ, ਫਿਰ ਧਿਆਨ ਉਹੀ ਚੀਜ਼ 'ਤੇ ਰਹੇਗਾ, ਉਹ ਸਮਾਂ ਕਿਤੇ ਆਉਣ ਤਾਂ ਨਹੀਂ ਲੱਗਿਆ, ਸਮਾਂ ਕਿਤੇ ਆਉਣ ਤਾਂ ਨਹੀਂ ਲੱਗਿਆ। ਕਦੇ ਨਾ ਕਿਸੇ ਨੂੰ ਹੱਥ ਦਿਖਾਇਆ, ਜੋ ਮੇਰੇ ਹੱਥਾਂ 'ਚ, ਜੋ ਮੇਰੇ ਮਸਤਕ 'ਚ ਲਿਖਿਆ ਸਤਸੰਗਤ, ਉਹ ਹੋਣਾ। ਪਰ ਇੱਕ ਚੀਜ਼ ਹੈ, ਜੋ ਤੁਸੀਂ ਇਹ ਨਾਮ ਜਪ ਰਹੇ ਹੋ, ਮੈਂ ਗੁਰੂ ਦੇ ਭਰੋਸੇ ਤੇ ਇੱਕ ਬਹੁਤ ਵੱਡੀ ਬਾਤ ਕਹਿਣ ਲੱਗਾ, ਜੋ ਤੁਹਾਡੇ ਕਰਮਾਂ 'ਚ ਭੋਗਣਾ ਭੋਗਣਾ, ਜੋ ਤੁਹਾਡੀਆਂ ਰੇਖਾਵਾਂ ਭੋਗਣੀਆਂ, ਪਰ ਗੁਰੂ ਨਾਨਕ ਦਾ ਘਰ ਐਸਾ ਹੈ, ਜਿਹੜਾ ਕੰਮ ਆ ਤੁਸੀਂ ਕਰ ਰਹੇ ਹੋ, ਅੰਮ੍ਰਿਤ ਵੇਲੇ ਜਾ ਕੇ ਭਜਨ ਬੰਦਗੀ ਸਿਮਰਨ, ਤੁਹਾਡੇ ਜੀਵਨ ਦੇ 'ਚ ਅਗਰ ਬਹੁਤ ਵੱਡੀਆਂ ਕਠਿਨਾਈਆਂ ਆ ਰਹੀਆਂ, ਬਹੁਤ ਵੱਡੇ ਦੁੱਖ ਨੇ, ਆ ਸਿਮਰਨ ਕਰਕੇ ਤੁਸੀਂ ਉਹਨੂੰ ਧੋਂਦੇ ਪਏ ਹੋ। ਆਖੋ ਸਤਨਾਮ ਧੋਰੇ
ਉਹ ਸੰਕਟ ਦੇ ਸਮੇਂ ਨੂੰ ਛੋਟਾ ਕਰ ਦੇ, ਨਿੱਕਾ ਕਰ ਦੇ। ਪਰਮੇਸ਼ਰ ਦਾ ਨਾਮ ਹੈ ਹੀ ਐਸਾ, ਹੈ ਹੀ ਐਸਾ। ਪਾਤਸ਼ਾਹ ਕਹਿੰਦੇ ਭਰੀਐ ਮਤ ਪਾਪਾਂ ਕੈ ਸੰਗ, ਪਾਪ ਕੀ ਨੇ ਮਾੜੇ ਨੇਕ ਮਾੜੇ ਕਰਮ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਇੱਕ ਨਾਵੇ ਕਿਹਾ, ਇੱਕ ਰੰਗ ਕਿਹਾ। ਰੰਗ ਕਹਿੰਦੇ ਨੇ ਖੇੜੇ, ਇੱਕ ਹੁੰਦਾ ਧੱਕੇ ਦੇ ਨਾਲ ਬਹਿਣਾ, ਇੱਕ ਹੁੰਦਾ ਭਜਨ ਸਤਸੰਗ ਸਿਮਰਨ ਐਨ ਆਨੰਦ ਦੇ ਵਿੱਚ ਬਹਿਣਾ। ਮੈਂ ਜਦੋਂ ਸਵੇਰੇ ਸਤਸੰਗ ਬੈਠੇ ਹਾਂ ਨਾ ਅੰਮ੍ਰਿਤ ਵੇਲੇ, ਤੇ ਮੈਂ ਵੇਖਿਆ ਬੀਬੀਆਂ ਬੱਚਿਆਂ ਨੂੰ ਲਿਆ ਰਹੀ, ਆਪ ਸਾਹਮਣੇ ਬੈਠੀ ਭੈਣ, ਪਿੱਛੇ ਵੀ ਦੋ ਭੈਣਾਂ ਬੈਠੀ, ਨਿੱਕੇ ਨਿੱਕੇ ਨਿਆਣੇ। ਤੇ ਮੇਰੇ ਮਨ ਵਿੱਚੋਂ ਆਹ ਚੀਜ਼ ਨਿਕਲੇ, ਮੈਂ ਕਿਹਾ ਧੰਨ ਇਹ ਮਾਵਾਂ, ਆਖੋ ਸਤਸੰਗ ਜਿਹੜਾ ਬੱਚੇ ਦੇ ਕਰਮ ਨਿਰਮਲ ਕਰ ਰਹੀ ਹੈ। ਆਖੋ ਸਤਨਾਮ, ਵਾਹਿਗੁਰੂ ਦਾ ਨਾਮ ਜਾ ਰਿਹਾ। ਜਿਹਨੇ ਲੇਖ ਪੁੱਠੇ ਸਿੱਧੇ ਕਰਨੇ ਨੇ, ਵਾਹਿਗੁਰੂ ਦੇ ਨਾਮ ਨੇ, ਪਰਮੇਸ਼ਰ ਦੇ ਨਾਮ ਨੇ। ਆਖੋ ਸਤਨਾਮ। ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਜੋੜ, ਬਚਪਨ ਤੋਂ ਉਹਦੇ ਪੁੱਠੇ ਲੇਖ ਸਿੱਧੇ ਕਰਨੇ ਸ਼ੁਰੂ ਕਰ ਦੇ, ਜੇ ਭਲਾ ਚਾਹੁੰਦੇ ਹੋ ਆਪਣਾ ਵੀ ਤੇ ਆਪਣੇ ਬੱਚਿਆਂ ਦਾ ਵੀ। ਗੁਰੂ ਮੇਹਰ ਕਰ। ਅੱਜ ਜਿਹੜੀ ਪੜ੍ਹਾਈ ਮਹਾਰਾਜ ਪੜ੍ਹਾ ਰਹੇ ਨੇ, ਅਰਦਾਸ ਕਰੀਏ ਗਰੀਬ ਨਿਵਾਜ, ਮੇਰ ਕਰੋ ਮੇਰੀ ਬਾਂਹ ਪਕੜ ਲੋ, ਮੇਰੀ ਬਾਂਹ ਪਕੜ ਲੋ ਸੱਚੇ ਪਾਤਸ਼ਾਹ। ਆਹ ਜਿਹੜੀ ਪੜ੍ਹਾਈ ਹੈ, ਇਹ ਪੜ੍ਹਾਈ ਮੈਂ ਹਿਰਦੇ ਦੇ ਤਲ ਤੋਂ ਇਹ ਪੜ੍ਹਾਈ ਮੈਂ ਯਾਦ ਕਰਾਂ। ਆਖੋ ਸਤਨਾਮ। ਏਕ ਤੂੰ ਤਾਂ ਸਭ ਕੁਝ, ਗੁਰੂ ਨਾਨਕ ਤੋਂ ਅਲਾਵਾ, ਗੁਰੂ ਤੋਂ ਅਲਾਵਾ ਉਹ ਦੂਜਾ ਤੀਜਾ ਕੋਈ ਸੁੱਜੇ ਹੀ ਨਾ, ਮੈਂ ਤੁਧ ਬਿਨ ਦੂਜਾ ਨਹੀਂ, ਸੁੱਜੇ ਹੀ ਨਾ, ਸੁੱਜੇ ਹੀ ਨਾ। ਆਖੋ ਸਤਨਾਮ। ਗੁਰੂ ਮੇਹਰ ਕਰਨ, ਬਖਸ਼ਿਸ਼ ਕਰਨ, ਇਹ ਜੋਧੜੀਆਂ ਕਰੀਏ ਸੱਜੇ ਪਾਤਸ਼ਾਹ, ਆ ਅਵਸਥਾ ਬਖਸ਼ ਦਿਓ। ਜਿਸ ਅਵਸਥਾ ਦੇ ਵਿੱਚ ਆਹ ਬੋਲ ਨਿਕਲਦੇ ਹੋਣ, ਆ ਬੋਲ ਨਿਕਲਦੇ ਹੁਣ ਗਰੀਬ ਨਿਵਾਜ, ਏਕ ਤੂੰ ਤਾਂ ਸਭ ਕੁਝ, ਏਕ ਤੂੰ, ਏਕ ਤੂੰ ਤਾਂ ਸਭ ਕੁਝ ਹੈ। ਉਹ ਸਾਰੇ ਬੋਲੋ ਨਾ, ਏਕ ਤੂੰ ਸਭ ਕੁਝ ਹੈ। ਆਖੋ ਸਤਨਾਮ।